वाहिगुरु जी का खालसा, वाहिगुरु जी की फतेह। नमस्ते, अस्सलाम वालेकुम, ग्रीटिंग्स ऑफ द डे। खुशखबरी है उन्हां लोकां लई, उन्हां मेहनती लर्नर्स दे लई जिहड़े जाणदे ने कि लर्निंग नूं ट्रांसफर किद्दां करना है, भाव के टीचर्स दे लई ते न्यू कमर्स दे लई वी, जिहड़े वुड बी टीचर्स ने जिन्हां ने बीएड कंप्लीट कर ली है, जिन्हां ने एमए कीती हुई है, जिन्हां ने सी टेट दा पेपर कंप्लीट कर लिया है, सी टेट का पेपर पास कर लिया है, तो उन्होंने भी जिन्होंने एम ए बी एड की हुई है पर सी टेट का पेपर नहीं है, तो आप देखा नैविगेशन दे विच है रजिस्ट्रेशन फॉर एडमिशन्स, तो वो नीचे है ऑनलाइन स्क्रीनिंग टेस्ट फॉर रिक्रूटमेंट ऑफ टीचर्स इन आर्मी पब्लिक स्कूल। तो आप इतने देखा कि डिटेल्स की ने, ਇਹਦੀਆਂ ਡਿਟੇਲਸ ਦੇਖਦੇ ਹਾਂ। ਡਿਟੇਲਸ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਕ ਨਵੇਂ ਪੋਰਟਲ ਦੇ ਉੱਤੇ ਲੈ ਕੇ ਜਾਊਗਾ, ਤਾਂ ਔਨਲਾਈਨ ਰਜਿਸਟ੍ਰੇਸ਼ਨ ਦੇ ਵਿੱਚ ਉਹ ਤੁਹਾਨੂੰ ਪੁੱਛੂਗਾ ਕਿ ਕੀ ਤੁਸੀਂ ਨਵੇਂ ਯੂਜ਼ਰ ਹੋ ਜਾਂ ਐਗਜ਼ਿਸਟਿੰਗ ਯੂਜ਼ਰ ਹੋ ਜਾਂ ਫਿਰ ਤੁਸੀਂ ਪਾਸਵਰਡ ਭੁੱਲ ਗਏ ਹੋ। ਅਤੇ ਨਾਲ ਹੀ ਉੱਪਰ ਜਿਹੜੀ ਚੱਲ ਰਹੀ ਹੈ ਸਟ੍ਰਿਪ, ਲਾਲ ਰੰਗ ਦੀ ਸਟ੍ਰਿਪ ਜਿਹੜੀ ਚੱਲ ਰਹੀ ਹੈ ਉਹਦੇ ਉੱਤੇ ਆਪਾਂ ਕਰਾਂਗੇ, ਉਹਦੇ ਉੱਪਰ ਆਪਾਂ ਦੇਖਾਂਗੇ ਕਿ ਕੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੋਈ ਹੈ। ਤਾਂ ਜਦੋਂ ਇਹ ਸਟ੍ਰਿਪ ਜਿਹੜੀ ਹੈ ਉਹ ਇੱਕ ਵਾਰ ਸਕਰੀਨ ਤੋਂ ਬਲੈਂਕ ਹੋ ਕੇ ਵਾਪਸ ਚੱਲਦੀ ਹੈ, ਤਾਂ ਉਹਨਾਂ ਨੇ ਲਿਖਿਆ ਵਨ ਕੈਂਡੀਡੇਟ ਇਜ਼ ਐਲੀਜੀਬਲ ਫੋਰ ਵਨ ਪੋਸਟ ਓਨਲੀ ਫਰੋਮ ਪੀ ਜੀ ਟੀ ਟੀ ਜੀ ਟੀ ਪੀ ਆਰ ਟੀ, ਭਾਵ ਤੁਸੀਂ ਇਹ ਜਿਹੜੀ ਪੋਸਟ ਹੈ ਉਹ ਹੈਗੀ ਹੈ ਪੀ ਜੀ ਟੀ ਟੀ ਜੀ ਟੀ ਔਰ ਪੀ ਆਰ ਟੀ ਦੇ ਲਈ। ਤਾਂ ਆਪਾਂ ਨਿਊ ਯੂਜ਼ਰ ਜਿਹੜਾ ਆ, ਨਿਊ ਯੂਜ਼ਰ ਦੇ ਉੱਤੇ ਕਲਿੱਕ ਕਰਾਂਗੇ। ਨਿਊ ਯੂਜ਼ਰ 'ਤੇ ਕਲਿੱਕ ਕਰਕੇ ਉਹ ਦੱਸਣਗੇ ਕਿ ਔਨਲਾਈਨ ਜਿਹੜੀਆਂ ਨੇ ਉਹਨਾਂ ਦੀ ਕੀ ਪ੍ਰੋਸੀਜਰ ਹੈ ਔਰ ਕਿਸ ਤਰ੍ਹਾਂ ਚੱਲਣਾ ਹੈ। ਤਾਂ ਸਿਲੈਕਸ਼ਨ ਪ੍ਰੋਸੀਜਰ ਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਹੈ ਕਿ ਕੀ ਕੁਛ ਚਾਹੀਦਾ ਹੈ, ਤੁਹਾਨੂੰ ਸਕੋਰ ਕਾਰਡਸ ਕਿੱਦਾਂ ਬਣਨਗੇ। ਦੋਜ਼ ਆਪਾਂ ਥੋੜ੍ਹਾ ਵੱਡਾ ਕਰਦੇ ਹਾਂ, ਦੋਜ਼ ਡਿਜ਼ਾਇਰਸ ਆਫ ਅਪਗ੍ਰੇਡਿੰਗ ਦਿਮਸੈਲਵਸ, ਫੋਰ ਐਗਜ਼ਾਮਪਲ ਅ ਕੈਂਡੀਡੇਟ ਹੋਲਡਿੰਗ ਸਕੋਰ ਕਾਰਡ ਆਫ ਟੀ ਜੀ ਟੀ ਮੇ ਨਾਓ ਵਾਂਟ ਟੂ ਓਬਟੇਨ ਅ ਕਾਰਡ ਆਫ ਪੀ ਜੀ ਟੀ ਹੈਵਿੰਗ ਐਕਵਾਇਰਡ ਐਡੀਸ਼ਨਲ ਕੁਆਲੀਫਿਕੇਸ਼ਨ। ਤਾਂ ਇਹ ਜਿਹੜਾ ਆ ਉਹਦੇ 'ਤੇ ਇੰਟਰਵਿਊ ਹੋਊਗੀ ਉਹਦੀ, ਔਰ ਇਹ ਇੰਟਰਨਲ। ਤਾਂ ਪੀ ਜੀ ਟੀ ਪੋਸਟ ਜੇ ਆਪਾਂ ਦੇਖੀਏ, ਪੀ ਜੀ ਟੀ ਪੋਸਟ ਦੇ ਲਈ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਪੋਸਟ ਗ੍ਰੈਜੂਏਸ਼ਨ ਇਨ ਦ ਸਬਜੈਕਟ ਕੰਸਰਨਡ ਚਾਹੀਦਾ, 50% ਮਾਰਕਸ ਚਾਹੀਦੇ ਆ, ਬੀ ਐਡ ਚਾਹੀਦੀ ਹੈ, ਅਤੇ ਬੀ ਐਡ ਵਿੱਚ ਵੀ ਮਿਨੀਮਮ 50% ਮਾਰਕਸ ਚਾਹੀਦੇ ਮਿਨੀਮਮ। ਟੀ ਜੀ ਟੀ ਲਈ ਗ੍ਰੈਜੂਏਸ਼ਨ ਵਿਦ ਦ ਸਬਜੈਕਟ ਕੰਸਰਨਡ 50% ਮਾਰਕਸ, ਇਹ ਤੋਂ ਉੱਪਰ ਹੋਣ ਤਾਂ ਬਹੁਤ ਵਧੀਆ ਨੇ। ਬੀ ਐਡ ਦੇ ਵਿੱਚ ਮਿਨੀਮਮ 50% ਮਾਰਕਸ, ਅਤੇ ਪੀ ਆਰ ਟੀ ਲਈ ਕੋਈ ਵੀ ਗ੍ਰੈਜੂਏਸ਼ਨ 50% ਮਾਰਕਸ, ਬੀ ਐਡ ਜਾਂ 2 ਈਅਰ ਡਿਪਲੋਮਾ ਇਨ ਈ ਐਲ ਈ ਈ ਡੀ ਐਨ, ਇਹ ਹੁੰਦੀ ਹੈ ਐਲੀਮੈਂਟਰੀ ਐਜੂਕੇਸ਼ਨ, 2 ਈਅਰ ਡਿਪਲੋਮਾ ਇਨ ਟੀਚਿੰਗ ਇਨ ਐਲੀਮੈਂਟਰੀ ਐਜੂਕੇਸ਼ਨ, ਜਿਹੜਾ ਆਪਾਂ ਈ ਟੀ ਟੀ ਕਹਿ ਦਿੰਦੇ ਹਾਂ ਜਿਹਨੂੰ। ਤਾਂ ਇਹ ਤੁਹਾਡੀਆਂ ਰਿਕੁਆਇਰਡ ਇਨਫੋਰਮੇਸ਼ਨਸ ਨੇ। ਏਜ ਜਿਹੜੀ ਹੈ, ਫਰੈਸ਼ ਕੈਂਡੀਡੇਟ ਜਿਹੜੇ ਨੇ ਉਹ ਬਿਲੋ 40 ਈਅਰਸ ਹੋਣੇ ਚਾਹੀਦੇ ਆ, ਲੈੱਸ ਦੈਨ 5 ਈਅਰ ਐਕਸਪੀਰੀਅੰਸ ਜਿਹੜਾ ਆ ਉਹ ਹੋਣਾ ਚਾਹੀਦਾ ਹੈ ਉਹਨਾਂ ਨੂੰ। ਤਾਂ ਐਕਸਪੀਰੀਅੰਸਡ ਕੈਂਡੀਡੇਟਸ ਜਿਹੜੇ ਭਰਨਗੇ ਉਹਨਾਂ ਨੂੰ ਮਿਨੀਮਮ 5 ਈਅਰਸ ਦਾ ਅਤੇ ਮੈਕਸੀਮਮ 10 ਈਅਰਸ ਦਾ ਐਕਸਪੀਰੀਅੰਸ ਜਿਹੜਾ ਆ ਹੋਣਾ ਹੀ ਚਾਹੀਦਾ, ਅਤੇ 57 ਈਅਰਸ ਤੋਂ ਘੱਟ ਹੋਣੇ ਚਾਹੀਦੇ। ਅਤੇ ਦੇਖੀਏ ਸੀ ਟੈਟ ਅਤੇ ਟੈਟ ਦੀ ਜਿਹੜੀ ਸ਼ਰਤ ਹੈ ਉਹ ਕਹਿੰਦੇ ਆ ਵੀ ਜਿਹੜੇ ਟੀ ਜੀ ਟੀ ਪੀ ਆਰ ਟੀਜ਼ ਨੇ ਉਹਨਾਂ ਲਈ ਮੈਂਡੇਟਰੀ ਹੈ, ਦੋਜ਼ ਨੋਟ ਕੁਆਲੀਫਾਈਡ ਸੀ ਟੀ ਟੀ ਸੀ ਟੈਟ ਟੀ ਈ ਟੀ ਬਟ ਫਾਊਂਡ ਫਿਟ ਇਨ ਦ ਇਨ ਆਲ ਅਦਰ ਰਿਸਪੈਕਟਸ ਮੇ ਬੀ ਕੰਸੀਡਰਡ ਫੋਰ ਅਪੁਆਇੰਟਮੈਂਟ ਔਨ ਵੈਕੈਂਸੀਜ਼ ਵਿੱਚ ਮੇ ਬੀ ਐਡ ਹੋਕ। ਮਤਲਬ ਕਿ ਜੇ ਤੁਹਾਡੇ ਕੋਲ ਸੀ ਟੈਟ ਪੀ ਟੈਟ ਨਹੀਂ ਹੈ, ਸੀ ਟੈਟ ਜਾਂ ਟੈਟ ਉਸ ਇਲਾਕੇ ਦਾ ਨਹੀਂ ਹੈ, ਪਰ ਤੁਸੀਂ ਬਹੁਤ ਹੀ ਸੋਹਣੀ ਇੰਟਰਵਿਊ ਦਿੱਤੀ ਹੈ, ਬਹੁਤ ਹੀ ਵਧੀਆ ਪੇਪਰ ਦਿੱਤਾ ਹੈ ਏ ਡਬਲਯੂ ਐਸ ਦਾ, ਤਾਂ ਫਿਰ ਤੁਹਾਨੂੰ ਕੰਸੀਡਰ ਕੀਤਾ ਜਾ ਸਕਦਾ, ਪਰ ਐਡਹੋਕ 'ਤੇ ਰਹੋਗੇ ਤੁਸੀਂ, ਰੈਗੂਲਰ ਬੇਸਿਸ 'ਤੇ ਨਹੀਂ ਰਹੋਗੇ। 21-22 ਨਵੰਬਰ 2020 ਪਰ ਸ਼ਡਿਊਲ ਟੂ ਬੀ ਡਿਸਾਈਡਡ ਡਿਪੈਂਡਿੰਗ ਔਨ ਦ ਨੰਬਰ ਆਫ ਕੈਂਡੀਡੇਟਸ ਹੂ ਆਰ ਰਜਿਸਟਰਡ ਫੋਰ ਦੀ ਇਗਜ਼ਾਮ। ਤਾਂ ਜਿਹੜਾ ਤੁਹਾਡਾ ਔਨਲਾਈਨ ਪੇਪਰ ਹੋਣਾ ਹੈ ਉਹ ਹੋਊਗਾ ਜਿਹੜੇ 21 ਜਾਂ 22 ਨਵੰਬਰ ਨੂੰ ਹੋਊਗਾ, ਅਤੇ ਜੇ ਤੁਸੀਂ ਭਰਦੇ ਰਹਿੰਦੇ ਹੋ ਫੋਰਮ ਤਾਂ ਇਹ ਪੇਪਰ ਜਿਹੜਾ ਅੱਗੇ ਪਿੱਛੇ ਵੀ ਹੋ ਜਾਂਦਾ ਹੁੰਦਾ, ਪਰ ਜ਼ਿਆਦਾਤਰ ਇਹ ਹੈ ਕਿ 1 ਹਫ਼ਤਾ ਅੱਗੇ ਹੋਊਗਾ, ਪਹਿਲਾਂ ਨਹੀਂ ਹੋਊਗਾ। ਪ੍ਰੀਪੋਨਡ ਕਦੇ ਨਹੀਂ ਹੁੰਦਾ, ਪੋਸਟਪੋਨਡ ਹੋ ਸਕਦਾ ਹੈ ਪੇਪਰ, ਇਹ ਆਪ ਹੀ ਕਹਿ ਰਹੇ ਨੇ। ਤਾਂ ਉਸ ਤੋਂ ਬਾਅਦ ਇਹਨਾਂ ਨੇ ਹੋਰ ਜਿਹੜੀਆਂ ਨੇ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਨੇ, ਇਹ ਤੁਸੀਂ ਆਪ ਵੈਬਸਾਈਟ ਤੋਂ ਪੜ੍ਹ ਲੈਣੀਆਂ ਨੇ। ਉਮੀਦ ਕਰਦਾ ਤੁਹਾਨੂੰ ਜਿਹੜੀ ਇਹ ਨੌਕਰੀ ਵਾਲੀ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਜ਼ਰੂਰ ਕਰੋ, ਜੇ ਨਹੀਂ ਪਸੰਦ ਆਈ ਵੀਡੀਓ ਤਾਂ 2 ਵਾਰ ਡਿਸਲਾਈਕ ਕਰ ਦਿਓ।
ਚੈਨਲ ਨੂੰ, ਅਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਦਾ ਆਈਕਨ ਜ਼ਰੂਰ ਦਬਾਓ। ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।